ਪੰਜਾਬ ਦੇ ਮਾਨਸਾ ਤੇ ਬਠਿੰਡਾ ਤੋਂ ਬਾਅਦ ਹੁਣ ਸੰਗਰੂਰ ਦੇ ਵਿੱਚ ਵੀ ਕਿਸਾਨਾਂ ਦੀ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ। ਸੰਗਰੂਰ ਦੇ ਵਿੱਚ ਕਰੀਬ 6500 ਏਕੜ ਰਕਬੇ ਦੇ ਵਿੱਚ ਨਰਮੇ ਦੀ ਫਸਲ ਦੀ ਖੇਤੀ ਹੁੰਦੀ ਹੈ। ਖੇਤੀਬਾੜੀ ਵਿਭਾਗ ਵੱਲੋਂ ਇਸ ਮਾਮਲੇ 'ਚ ਕੀਤੀ ਗਈ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਰੀਬ 100 ਪਿੰਡਾਂ ਦੀ 2000 ਏਕੜ ਦੇ ਕਰੀਬ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ, ਜਿਸ ਕਰਕੇ ਕਿਸਾਨਾਂ ਦੀ 100% ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਇਸ ਮੌਕੇ ਕਿਹਾ ਕਿ ਉਹ ਠੇਕੇ 'ਤੇ ਲੈ ਕੇ ਹੀ ਖੇਤੀ ਕਰਦੇ ਹਨ, ਜਿਸ ਕਰਕੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉੱਧਰ ਸਰਕਾਰ ਵੱਲੋਂ ਖੇਤਾਂ ਦੇ ਵਿੱਚ ਪਟਵਾਰੀਆਂ ਨੂੰ ਭੇਜ ਕੇ ਕਿਸਾਨਾਂ ਦੀ ਫਸਲ ਦੀ ਗਿਰਦਾਵਰੀ ਵੀ ਕਰਵਾਈ ਜਾ ਰਹੀ ਹੈ। ਨਰਮੇ ਦਾ ਨੁਕਸਾਨ ਤਾਂ ਜੀ ਹੁਣ ਤੁਸੀਂ 70-80% ਨੁਕਸਾਨ ਹੈ, ਬਾਕੀ ਫਾਇਦਾ ਤਾਂ ਕਿਹੜਾ ਹੁਣ ਇਹ 'ਚ ਫਾਇਦਾ ਤਾਂ ਹੁਣ ਵਾਲੀ ਗੱਲ ਹੀ ਨਹੀਂ ਹੈਗੀ। ਇਹਦਾ ਨਰਮੇ ਤਾਂ ਸਾਰੀ ਗੁਲਾਬੀ ਸੁੰਡੇ ਨੇ ਖਾ ਲਏ, ਹੁਣ ਇਹਦਾ ਕੋਈ ਇਲਾਜ ਵੀ ਨਹੀਂ। ਦਵਾਈਆਂ ਦਵੂਈਆਂ ਦਾ ਸਰਕਾਰਾਂ ਕਹੀ ਜਾਂਦੀਆਂ ਨੇ ਦਵਾਈਆਂ ਕਰ ਦਿਉ, ਆਹ ਕਰ ਦਿਉ, ਪਰ ਕੁਛ ਨਹੀਂ ਕਰ ਕਰਕੇ ਦੇਖ ਲਏ ਤਾਂ ਥੱਕ ਗਏ ਜੀ ਬਿਲਕੁਲ। ਹੁਣ ਤਾਂ ਅਸਲੀ ਆਖਿਰ ਲਾਸਟ ਟਾਈਮ ਆਇਆ ਪਿਆ ਕਿਸਾਨੀ ਦਾ ਜੀ, ਬੜਾ ਹਾਲ ਹੀ ਹੈ। ਮੈਂ ਕਹਿ ਸਕਦਾ ਵਾਹੁਣ ਦੇ ਕਿਨਾਰੇ ਆ ਫਿਰ? ਹਾਂਜੀ ਵਾਹੁਣ ਦੇ ਕਿਨਾਰੇ ਹੀ ਆ, ਸਭ ਸਿੰਘ ਸੁੱਕੜੇ ਖੜ੍ਹੇ ਜੀ, ਵਾਹੁਣ ਦੇ ਕਿਨਾਰੇ ਬਿਲਕੁਲ। ਬਸ ਅੱਜ ਸਵੇਰੇ ਹੀ ਵਾਹ ਲਾਂਗੇ ਜੀ, ਅੱਜ ਤੋਂ ਬਾਅਦ ਹੋਰ ਕੀ ਕਰਾਂਗੇ, ਤਾਂ ਕੋਈ ਨਵਾਂ ਦੇਖਾਂਗੇ, ਨਹੀਂ ਵਿਹਲੇ ਰੱਖ ਕੇ ਵਾਹੁਣ ਦਾ ਕੀ ਕਰਾਂਗੇ ਸੀ। ਤਾਂ ਤਿਆਰੀ ਹੈ ਜੀ, ਜਿਹੜਾ ਅੱਧ ਮੰਗੂ ਤਾਂ ਅੱਜ ਸਵੇਰੇ ਬਹਿ ਜੂਗਾ, ਕੁਛ 5-4 ਦਿਨ ਤੱਕ ਬਹਿ ਜੂ, ਬੈਠੀ ਬਹਿ ਪੈ ਜੀ। ਤਾਂ ਕੀ ਨਾਮ ਤੁਹਾਡਾ? ਨਿਰਭੈ ਸਿੰਘ ਜੀ। ਅੱਛਾ, ਕਿੰਨੀ ਖੇਤੀ ਕਰ ਰਹੇ ਹੋ ਨਰਮੇ ਦੀ ਅਤੇ ਠੇਕੇ 'ਤੇ ਲੈ ਰਹੇ ਹੋ, ਅਤੇ ਕਿਸ ਤਰ੍ਹਾਂ ਨੁਕਸਾਨ ਹੋਇਆ? ਨੁਕਸਾਨ ਬਹੁਤ ਜ਼ਿਆਦਾ ਜੀ, 4.5 ਕਿੱਲੇ ਠੇਕੇ 'ਤੇ ਜ਼ਮੀਨ ਲਈ ਹੋਈ ਹੈ, 4.5 ਕਿੱਲੇ 'ਚ ਨਰਮਾ ਬੀਜਿਆ, ਜੋ ਗੁਲਾਬੀ ਸੁੰਡੀ ਨੇ ਬੁਰਾ ਹਾਲ ਕਰਕੇ ਜਾ ਦੇਖੋ, ਐਡੀ ਐਡੀ ਮੋਟੀ ਸੁੰਡੀ ਬੈਠੀ ਹੈ, ਨਰਮਾ ਇੱਕ ਵਾਰ ਵੀ ਨਹੀਂ ਖਿੜਿਆ ਜੀ, ਪਹਿਲੀ ਵਾਰ ਦੀ ਚਗਾਈ ਹੋਣ ਲੱਗ ਰਹੀ ਹੈ, ਜਿਹੜਾ 10-20 ਮਣ ਉਤਰੂਗਾ ਉਹੀ ਉਤਰੂਗਾ ਜੀ, ਤੁਹਾਡੇ ਸਾਹਮਣੇ ਜੀ ਇਹ। ਕਿਵੇਂ ਕਹਿੰਦੇ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਮੁਆਵਜ਼ਾ ਦਿੱਤਾ ਜਾਊਗਾ ਜਾਂ ਸਪੈਸ਼ਲ ਗਦਾਵਰੀਆਂ ਨੇ ਉਹ ਵੀ ਕਰਾਈਆਂ ਜਾ ਰਹੀਆਂ ਨੇ, ਹੁਣ ਕਿਵੇਂ ਦੇਖਦੇ ਹੋ ਤੁਸੀਂ? ਸਰਕਾਰਾਂ ਜੀ ਦੇਖੋ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ, ਕਹਿੰਦੇ ਨੇ ਜੀਰੀ ਨਾ ਲਾਓ, ਬਦਲਵੀਆਂ ਫਸਲਾਂ ਬੀਜੋ, ਜੇ ਅਸੀਂ ਬਦਲਵੀਆਂ ਫਸਲਾਂ ਬੀਜਦੇ ਹਾਂ ਨਰਮੇ ਕਣੀ ਜਾਂਦੇ ਹਾਂ ਤਾਂ ਨਰਮੇ ਕਣੀ ਵੀ ਬਹੁਤ ਬੁਰਾ ਹਾਲ ਆ ਜੀ। ਆਹ ਦੇਖੋ ਜੀ, ਨਰਮੇ ਨੇ ਵੀ ਕੁਛ ਨਹੀਂ ਪੱਲੇ ਪਾਉਣਾ ਸਾਡੇ, ਜੋ ਸਾਡੀ 40-40 ਹਜ਼ਾਰ ਰੁਪਇਆ ਠੇਕੇ ਨੂੰ ਜ਼ਮੀਨ ਲਈ ਹੋਈ ਹੈ ਜੀ, ਤੋ ਇਹਦੇ ਵਿੱਚ ਸਾਨੂੰ ਕੁਛ ਨਹੀਂ ਪੱਲੇ ਪੈਣਾ ਜੀ, ਸਾਰਾ ਖਰਚਾ ਪੱਲੇ ਕਿਸਾਨ ਦੇ ਸਿਰ 'ਤੇ ਪਊਗਾ ਜੀ। ਮੇਰੇ ਕੋਲ ਇਸ ਵਕਤ ਤਹਿਸੀਲ ਲਹਿਰਾ ਦੇ ਵਿੱਚ 2 ਸਰਕਲਾਂ ਦੇ ਉੱਤੇ ਕੰਮ ਕਰ ਰਿਹਾ ਜੀ ਮੈਂ, ਜਿਨ੍ਹਾਂ ਦੇ ਵਿੱਚ 4 ਪਿੰਡ ਪੈਂਦੇ ਨੇਗੇ। ਅੱਜ ਪਹਿਲੇ ਪਿੰਡ ਰੋੜੇਵਾਲ ਦੀ ਗੁਰਦਾਰੀ ਸਪੈਸ਼ਲ ਗਿਰਦਾਵਰੀ ਕੀਤੀ ਜਾ ਰਹੀ ਹੈ, ਬਾਕੀ ਜੋ ਨੋਰਮਲ ਗਿਰਦਾਵਰੀ ਉਹ ਚੱਲਦੇ ਰਹੀ ਹੈ ਬਾਕੀ ਪਿੰਡਾਂ ਦੀ। ਉਰੇ ਕਿੰਨਾ ਕੁ ਰਕਬਾ ਦੇਖਣ ਨੂੰ ਮਿਲਿਆ? ਉਰੇ ਲਗਭਗ ਇਸ ਵਕਤ ਅਸੀਂ 25-30 ਕਿੱਲੇ ਨੋਟ ਕੀਤੇ ਨੇਗੇ, ਬਾਕੀ ਜੋ ਬਾਕੀ ਏਰੀਆ ਦੇ ਵਿੱਚ ਹੋਊਗਾ ਉਹ ਵੀ ਨੋਟ ਕੀਤਾ ਜਾਊਗਾ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, 5 ਅਪ ਟੂਡੇ।